ਮੋਹਾਲੀ ਵਿਜੀਲੈਂਸ ਬਿਊਰੋ ਨੇ ਮੋਹਾਲੀ ਵਿੱਚ ਇੱਕ ਏਐਸਆਈ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਖਰੜ ਸਦਰ ਥਾਣਾ ਏਐਸਆਈ ਕ੍ਰਿਸ਼ਨ ਚੰਦ ਨੂੰ ਇੱਕ ਟ੍ਰੈਪ ਜ਼ਰੀਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਵਿਜੀਲੈਂਸ ਅਧਿਕਾਰੀ ਨੇ ਆਖਿਆ ਕਿ ਇੱਕ ਵਿਅਕਤੀ ਦੀ ਦਰਖਾਸਤ ਨੂੰ ਫਾਈਲ ਕਰਵਾਉਣ ਲਈ ਸੰਬੰਧਿਤ ਏਐਸਆਈ ਨੇ 15,000 ਰੁਪਏ ਬਤੌਰ ਰਿਸ਼ਵਤ ਮੰਗੇ ਸਨ, ਪਰ ਸੌਦਾ 10,000 ਵਿੱਚ ਤੈਅ ਹੋਇਆ। ਫਿਲਹਾਲ ਵਿਜੀਲੈਂਸ ਵਿਭਾਗ ਨੇ ਮੁਲਜ਼ਮ ਖਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਹੈ।